ਪਹਾੜਾਂ 'ਚ ਫਿਰ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਦੀਆਂ ਮੁਸੀਬਤਾਂ ਵੱਧ ਗਈਆਂ ਵੱਧ ਗਈਆਂ ਨੇ ਹਾਲਾਂਕਿ ਹਿਮਾਚਲ ਪ੍ਰਦੇਸ਼ 'ਚ ਵੀ ਮੀਂਹ ਦੇ ਨਾਲ ਕਰੀਬ 71 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਤੇ ਗੱਲ ਪੰਜਾਬ ਦੀ ਕਰਾਂਗੇ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਹੜ੍ਹਾਂ ਦੀ ਸਥਿਤੀ ਫਿਰ ਬਣ ਚੁੱਕੀ ਆ ਪਾਖੜਾ ਤੇ ਪੌਂਗ ਡੈਮ 'ਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਸਤਲੁਜ ਤੇ ਬਿਆਸ ਦੇ ਦਰਿਆਵਾਂ 'ਚ ਪਾਣੀ ਦਾ ਜਿਹੜਾ ਵਹਾਅ ਵਾ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਤੇਜ਼ ਹੋ ਚੁੱਕਾ ਰੋਪੜ ਸ਼ਾਰਪੂਰ ਅਨੰਦਪੁਰ ਸਾਹਿਬ ਤੇ ਗੁਰਦਾਸਪੁਰ ਦੇ ਵਿੱਚ ਪਾਣੀ ਨੇ ਤਬਾਈ ਮਚਾ ਦਿੱਤੀ ਆ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੀ ਸੂਬੇ ਵਿੱਚ ਹਾਲਾਤ ਕਾਬੂ ਨਹੀਂ ਦਰਿਆਵਾਂ ਕੰਢੇ ਵੱਸੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਜਾਣ ਲਈ ਆਦੇਸ਼ ਜਾਰੀ ਹੋ ਚੁੱਕੇ ਨੇ ਪੇ ਲੋਕਾਂ ਨੇ ਪਿੰਡ ਛੱਡ ਦਿੱਤੇ ਨੇ ਪਿੰਡ ਖਾਲੀ ਹੋ ਚੁੱਕੇ ਨੇ ਕਪੂਰਥਲਾ ਵਿੱਚ ਜਿਹੜੀ ਖਬਰ ਮਿਲੀ ਹੈ ਕਿ ਇੱਕ ਵਿਅਕਤੀ ਪਾਣੀ ਚ ਰੁੜਿਆ ਰੋਪੜ ਦੇ ਵਿੱਚ ਫੌਜ ਵੀ ਬੁਲਾਲ ਲਈ ਗਈ ਹੈ ਕਈ ਥਾਵਾਂ ਤੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਗਈਆਂ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਅੱਜ ਫੇਰ ਬਾਰਿਸ਼ ਹੋ ਸਕਦੀ ਹੈ ਹਿਮਾਚਲ ਦੇ ਵਿੱਚ ਦੈਮਾ ਦੇ ਫਲੱਡ ਗੇਟ ਖੋਲਣ ਨਾਲ ਪੰਜਾਬ 'ਚ ਮੁੜ ਜਿਹੜੀ ਹੜ੍ਹਾਂ ਦੀ ਮਾਰ ਹੀਟ ਆਉਣ ਲੱਗਾ ਪੰਜਾਬ ਔਰ 2 ਮਹੀਨੇ 'ਚ ਦੂਜੀ ਵਾਰ ਹੜਾ ਵਰਗੇ ਹਾਲਾਤ ਬਣ ਚੁੱਕੇ ਨੇ ਔਰ ਹਾਲਾਂਕਿ ਪਹਿਲੇ ਵੀ ਹੱਲੇ ਹਾਲਾਤ ਕਾਬੂ ਨਹੀਂ ਸੀ ਆ ਰਹੇ ਸਰਕਾਰ ਨਜਿਟਰੀ ਸੀ ਲੇਕਿਨ ਫਿਰ ਪੰਜਾਬ 'ਚ ਆਫਤ ਨੇ ਪੰਜਾਬ ਨੂੰ ਘੇਰ ਲਿਆ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਵਹਾਅ ਵਧਨ ਨਾਲ ਦਰਿਆਵਾਂ ਦੇ ਕੰਢੇ ਵੱਸੇ ਪਿੰਡਾਂ ਨੂੰ ਸੁਰੱਖਿਤ ਥਾਵਾਂ ਲਈ ਦੇਸ਼ ਜਾਰੀ ਕਰ ਦਿੱਤੇ ਨੇ ਕਈ ਪਿੰਡ ਖਾਲੀ ਹੋ ਚੁੱਕੇ ਨੇ ਪਹਾੜਾਂ ਤੇ ਪਏ ਮੀਂਹ ਨੂੰ ਪੰਜਾਬ ਨੂੰ ਮੁੜ ਖਤਰੇ ਵਿੱਚ ਪਾ ਦਿੱਤਾ ਹੈ। ਕਪੂਰਥਲੇ ਦੇ ਪਿੰਡ ਮੰਡ ਤਲਵੰਡੀ ਕੁਕਾ ਵਿੱਚ ਪਿਓ ਪੁੱਤਰ ਹੜ੍ਹਾਂ ਦੀ ਹੜ੍ਹਾਂ ਦੇ ਪਾਣੀ ਨਾਲ ਵਹਿ ਗਏ ਨੇ। ਲੋਕਾਂ ਨੇ ਪੁੱਤ ਨੂੰ ਤੇ ਬਚਾਲਿਆ ਪਰ ਲਖਵੀਰ ਸਿੰਘ ਜਿਹੜਾ ਪਿਤਾ ਉਹ ਪਾਣੀ ਵਿੱਚ ਰੁੜ ਗਿਆ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ 18 ਅਗਸਤ ਤੋਂ ਮੁੜ ਮੀਂਹ ਪੈਣ ਦੀ ਜਿਹੜੀ ਸੁਭਾਵਨਾ ਜਿਤਾਈ ਆ ਫਲੱਡ ਗੇਟ ਖੋਲਣ ਨਾਲ ਪੰਜਾਬ ਦੇ ਰੋਪੜ, ਗੁਰਦਾਸਪੁਰ ਤੇ ਸ਼ਾਰਪੁਰ ਜਿਹੜੇ ਸਭ ਤੋਂ ਪ੍ਰਭਾਵਿਤ ਜ਼ਿਆਦਾ ਹੋਏ ਨੇ। ਪਾਖੜਾ ਡੈਮ ਅਤੇ ਪੌਂਗ ਡੈਮ ਚ ਹੋਰ ਪਾਣੀ ਚੱਲਣ ਦੀ ਸਮਰੱਥਾ ਵਿੱਚ ਨਹੀਂ ਹੈ ਇਸ ਕਰਕੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਸੂਬੇ ਵਿੱਚ ਖੜਾ ਦੇ ਮੱਦੇਨਜ਼ਰ ਹਾਲਾਤ ਕਾਬੂ ਹੇਠ ਹਨ ਤੇ ਸੂਬਾ ਸਰਕਾਰ ਸਮੁੱਚੀ ਸਥਿਤੀ ਉੱਤੇ ਸਖਤੀ ਨਾਲ ਨਜ਼ਰ ਬਣਾਈ ਬੈਠਾ ਹੈ ਮੁੱਖ ਮੰਤਰੀ ਨੇ ਇਹ ਵੀ ਕਹਿ ਕੇ ਸੰਕਟ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਲੋਕਾਂ ਨੂੰ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਸੂਬੇ ਦੇ ਹਰ ਕੋਨੇ ਵਿੱਚ ਰਾਹਤ ਪਹੁੰਚਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਯਕੀਨੀ ਬਣਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਹਾੜੀ ਇਲਾਕਿਆਂ ਵਿੱਚ ਵਾਧੂ ਪਾਣੀ ਛੱਡਣ ਕਰਨ ਸੂਬਾ ਸਰਕਾਰ ਲਗਾਤਾਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਸੰਪਰਕ ਵਿੱਚ ਹੈ ਉਹਨਾਂ ਨੇ ਕਿਹਾ ਕਿ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਹਲਾਤ ਕਾਬੂ ਹੈ ਡਰ ਮੁੱਖ ਮੰਤਰੀ ਵੀ ਨੇ ਵਜ਼ੀਰਾ ਤੇ ਵਿਧਾਇਕਾਂ ਨੂੰ ਹੜਾ ਪ੍ਰਭਾਵਿਤ ਇਲਾਕੇ ਵਿੱਚ ਪਹਿਰਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੌਰਾਨ ਹੜਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਡੇਰਾ ਬਿਆਸ ਦੇ ਇੱਕ ਵਫਦ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2 ਕਰੋੜ ਰੁਪਏ ਦਾ ਚੈੱਕ ਵੀ ਦਿੱਤਾ ਮੁੱਖ ਮੰਤਰੀ ਰਾਹਤ ਪਾਂਡ ਲਈ ਔਰ ਇਸੇ ਦੌਰਾਨ ਜਿਹੜੇ ਪਾਣੀ ਦਾ ਜਿਹੜਾ ਪੱਧਰ ਹੈਗਾ ਉਹ ਮੰਨਿਆ ਜਾ ਰਿਹਾ ਪਾਣੀ ਦਾ ਪੱਧਰ ਜਿਹੜਾ ਪਹਿਲਾਂ 1397.5 ਫੁੱਟ ਸੀ ਜੋ ਪਹਿਲਾਂ ਨਾਲੋਂ 1399.6 ਫੁੱਟ ਤੇ ਪੱਧਰ ਤੇ ਪਹੁੰਚ ਗਿਆ ਸਾਲ 1988 ਵਿੱਚ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1400 ਫੁੱਟ ਨੂੰ ਪਾਰ ਕਰ ਗਿਆ ਸੀ। ਲੰਘੇ 2 ਦਿਨਾਂ ਤੋਂ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ 1.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਿਸ ਨਾਲ ਪੌਂਗ ਪਾਣੀ ਦਾ ਡੈਮ ਜਿਹੜਾ ਨਾ ਪਾਣੀ ਦਾ ਪੱਧਰ 2 ਫੁੱਟ ਹੇਠਾਂ ਹੀ ਆਇਆ ਹੁਣ ਪੌਂਗ ਡੈਮ ਵਿੱਚ 1.20 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1395 ਫੁੱਟ ਤੇ ਲਿਆਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਪਾਖੜਾ ਡੈਮ ਚ ਪਾਣੀ ਦਾ ਪੱਧਰ ਇਸ ਵੇਲੇ 1670.16 ਫੁੱਟ ਹੈ। ਜੋ ਖਤਰੇ ਦੇ ਨਿਸ਼ਾਨ ਤੇ ਖੜਾ ਹੈ ਔਰ ਇਸੇ ਤਰ੍ਹਾਂ ਦੋ ਦਿਨਾਂ ਵਿੱਚ 1 ਲੱਖ ਕਿਊਸਿਕ ਪਾਣੀ ਛੱਡਣ ਨਾਲ ਪਾਖੜਾ ਚ ਪਾਣੀ ਦਾ ਪੱਧਰ ਮਸਾਂ 1 ਫੁੱਟ ਘਟਿਆ 79 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਦੋਵਾਂ ਡੈਮਾਂ ਤੋਂ 2 ਲੱਖ ਕਿਊਸਿਕ ਪਾਣੀ ਰਿਲੀਜ਼ ਕੀਤਾ ਜਾ ਚੁੱਕਾ ਹੈ ਹਰੀਕੇ ਹੈਡਵਰਕਸ ਤੋਂ ਪਾਕਿਸਤਾਨ ਵੱਲ ਕੁਦਰਤੀ ਵਹਾਅ ਨਾਲ ਕਰੀਬ 1.15 ਲੱਖ ਕਿਊਸਿਕ ਪਾਣੀ ਜਾ ਰਿਹਾ ਸਤਲੁਜ ਦਰਿਆ ਦੇ ਪਾਣੀ ਨੇ ਇਸ ਵੇਲੇ ਨੰਗਲ ਅਤੇ ਅਨੰਦਪੁਰ ਸਾਹਿਬ ਵਿੱਚ ਕਹਿਰ ਮਚਾ ਦਿੱਤਾ ਇਸ ਇਲਾਕੇ ਦੇ ਦਰਜਨਾ ਪਿੰਡ ਵਿੱਚ ਪਾਣੀ ਘਿਰ ਗਏ ਨੇ ਪੂਰੀ ਤਰ੍ਹਾਂ ਪਿੰਡ ਖਾਲੀ ਕਰਾਏ ਗਏ ਨੇ ਮਦਦ ਲਈ ਭਾਰਤੀ ਸੈਨਾ ਵੀ ਬੁਲਾਈ ਗਈ ਹੈ ਜਦੋਂ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਵੀ 250 ਲੋਕਾਂ ਨੂੰ ਸੁਰੱਖਤ ਬਾਹਰ ਕੱਢਿਆ ਤੇ ਸਤਲੁਜ ਚ ਵਹਿ ਰਿਹਾ ਪਾਣੀ ਕਰੀਬ 72 ਘੰਟੇ ਮਗਰੋਂ ਹਰੀਕੇ ਹੈਡਵਰਕਸ ਪੁੱਜੇਗਾ ਪੌਂਗ ਡੈਮ ਦੇ ਪਾਣੀ ਦੇ ਨਾਲ ਬਿਆਸ ਦਰਿਆ ਵੀ ਭਰ ਗਿਆ ਮੁਕੇਰੀਆਂ ਪਠਾਨਕੋਟ ਸੜਕ ਤੇ ਬਣੇ ਇੱਕ ਬ੍ਰਿਜ ਦੇ ਅੜਿੱਕੇ ਕਾਰਨ ਵੱਡਾ ਪਾੜ ਪੈ ਚੁੱਕਾ ਹੈ ਜਿਸ ਨਾਲ ਦਰਜਨਾ ਜਿਹੜੇ ਪਿੰਡ ਮਾਰ ਹੇਠ ਆ ਗਏ ਨੇ ਪਿੰਡ ਜਗਤਪੁਰ ਟਾਂਡਾ ਨੇੜੇ ਕਰੀਬ 300 ਫੁੱਟ ਦਾ ਪਾੜ ਪਿਆ ਗੁਰਦਾਸਪੁਰ ਸਥਿਤੀ ਕਾਫੀ ਨਾਜ਼ੁਕ ਬਣਨ ਲੱਗੀ ਹੈ ਅਤੇ ਇੱਥੇ ਦਰਜਨਾ ਪਿੰਡ ਪਾਣੀ ਵਿੱਚ ਘਿਰ ਗਏ ਨੇ ਹਸ਼ਾਰਪੁਰ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਨੇ ਜਦੋਂ ਕਿ ਮਕੇਰੀਆ ਇਲਾਕੇ ਦੇ ਪਿੰਡ ਵੀ ਪ੍ਰਭਾਵਿਤ ਹੋਏ ਨੇ ਇੱਥੇ ਹਾਲਾਤ ਬੇਕਾਬੂ ਹੋਣ ਲੱਗੇ ਨੇ ਬਹੁਤੇ ਪਿੰਡਾਂ ਦੇ ਲੋਕਾਂ ਨੂੰ 2 ਮਹੀਨੇ ਵਿੱਚ ਦੂਸਰੀ ਦਫਾ ਮੁੜ ਪਿੰਡ ਛੱਡਣ ਲਈ ਮਜਬੂਰ ਹੋਣਾ ਪਿਆ ਗੁਰਦਾਸਪੁਰ ਜ਼ਿਲ੍ਹੇ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਗੁਰਦਾਸਪੁਰ ਦੇ ਬੇਟ ਲੱਗ ਕੇ ਦੌਵਾਲ ਵਿੱਚ ਬੰਨਵੀ ਟੁੱਟ ਗਿਆ ਹੈ ਦੀਨਾਨਗਰ ਲਾਕੇ ਵਿੱਚ ਪਾਣੀ ਦੇ ਕਹਿਰ ਨੇ ਕਹਿਰ ਪੂਰੀ ਤਰ੍ਹਾਂ ਮਚਿਆ ਹੋਇਆ ਉਧਰ ਕੱਗਰ ਦੀ ਮਾਰ ਤੋਂ ਹਾਲੇ ਤੱਕ ਬਚਾਅ ਦੱਸਿਆ ਜਾ ਰਿਹਾ ਸੀ ਪਰ ਇਸ ਵੇਲੇ ਕੱਗਰ ਵਿੱਚ 24 ਹਰਕਿਊਸਿਕ ਪਾਣੀ ਚੱਲ ਰਿਹਾ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਮੁਸੀਬਤਾਂ ਭਰੇ ਨੇ ਕਿਉਂਕਿ ਲਗਾਤਾਰ ਹਿਮਾਚਲ ਪ੍ਰਦੇਸ਼ 'ਚ ਜਿਹੜਾ ਪਾਣੀ ਬਾਰਿਸ਼ਾਂ ਹੋਈਆਂ ਨੇ ਉਹਦੇ ਕਰਕੇ ਪੰਜਾਬ ਦੇ ਵਿੱਚ ਵੀ ਤਬਾਈ ਮਚ ਗਈ ਆ 2 ਮਹੀਨਿਆਂ ਦੇ ਵਿੱਚ ਦੂਜੀ ਵਾਰ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ ਖਾਸ ਕਰਕੇ ਬਿਆਸ ਤੇ ਦਰਿਆ ਤੇ ਸਤਲੁਜ ਦਰਿਆ ਦੇ ਕੰਢੇ ਜਿਹੜੇ ਲੋਕ ਨੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਮੁਸੀਬਤਾਂ ਵਧ ਗਈਆਂ ਨੇ ਤੇ ਦੂਜੇ ਪਾਸੇ ਅਮਾਚਰ ਪ੍ਰਦੇਸ਼ ਦੇ ਵਿੱਚ 71 ਤੋਂ ਵੱਧ ਜਿਆਦੀਆਂ ਮੌਤਾਂ ਹੋਈਆਂ ਨੇ ਪਾਣੀ ਨਾਲ ਹੋਰ ਕੀ ਅਪਡੇਟ ਆਏਗਾ ਜਿਹੜੀ ਤਾਜ਼ਾ ਜਾਣਕਾਰੀ ਉਹ ਤੁਹਾਡੇ ਨਾਲ ਅਸੀਂ ਪਲ-ਪਲ ਸਾਂਝੀ ਕਰਦੇ ਰਹਾਂਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ